अपन सरकार ने कैप्टन को जलंधर च भाजपा वर्करा वालों किए जा रहे धरने प्रदर्शन च एक महिला वालों जबरदस्त हंगामा किया गया ते भाजपा ते कई गंभीर इल्जाम लगाए। सब तो पहला एक नजर मार दिया इना हंगामे भरिया तस्वीरां ते फिर पाउंदे हां पूरे मामले ते चानना। यार की कर रहे हैं यार माइक पे चला मिंटी जी कारा रोश किता जा रहे हैं सरकार ने कैप्टन को मिंटू जी कारण ही तू क्यों लेके जा रही पुलिस की कारण की इस पूरे मामले की जानकारी हासिल करने जलंधर तो साडे पत्रकार पुनीत अरोड़ा नाल फोन ते गलबात कीती। सो इस मामले की उन्होंने पूरी जानकारी दिती। हां जी पुनीत अरोड़ा जी, भाजपा धरने च एक महिला वालों हंगामा किया गया, की सी यह पूरा मामला? ਇਹ ਮੈਡਮ ਇੱਕ ਕੱਲ ਜਿਹੜਾ ਹੈਗਾ ਵਾ ਅਸ਼ਵਨੀ ਸ਼ਰਮਾ ਜੀ ਤੇ ਜਿਹੜਾ ਪਰਸੋਂ ਇੱਕ ਹਮਲਾ ਹੋਇਆ ਸੀ ਉਸ ਨੂੰ ਲੈ ਕੇ ਜਿਹੜਾ ਹੈਗਾ ਭਾਜਪਾ ਵੱਲੋਂ ਇੱਕ ਜਿਹੜਾ ਆਪਣੇ ਧਰਨਾ ਦਿੱਤਾ ਜਾ ਰਿਹਾ ਸੀ ਜਲੰਧਰ ਦੇ ਵਿੱਚ, ਜਿੱਥੇ ਇੱਕ ਹਰਵਿੰਦਰ ਕੌਰ ਮਿੰਟੀ ਜਿਹੜੀ ਹੈਗੀ ਆ ਉਹਨੇ ਆ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਅਰੈਸਟ ਕਰ ਲਿਆ ਮੌਕੇ ਤੋਂ। ਜੀ ਕੁਝ ਪਤਾ ਲੱਗ ਸਕਿਆ ਕਿ ਇਹ ਮਹਿਲਾ ਨੇ ਆਖਿਰ ਹੰਗਾਮਾ ਕਿਉਂ ਕੀਤਾ ਸੀ, ਕੀ ਕਾਰਨ ਸੀ ਇਸ ਪਿੱਛੇ?
ਇਸਦਾ ਆਰੋਪ ਅੱਗੇ ਵੀ ਪਹਿਲੇ ਵੀ ਇਹਦੇ ਕਈ ਆਰੋਪ ਲਾਏ ਨੇ ਬੀਜੇਪੀ ਲੀਡਰਾਂ ਤੇ ਕਿ ਮੇਰੇ ਨਾਲ ਜਿਹੜਾ ਹੈਗਾ ਧੱਕਾ ਕੀਤਾ ਗਿਆ, ਪਰ ਪੁਲਿਸ ਨੇ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ। ਤੇ ਇਸੇ ਦੇ ਦੌਰਾਨ ਹੀ ਜਿਹੜਾ ਕੱਲ ਵੀ ਇਹਨੇ ਪੁਲਿਸ ਤੇ ਵੀ ਆਰੋਪ ਲਾਏ ਤੇ ਬੀਜੇਪੀ ਜਿਹੜੇ ਹੈਗੇ ਆ ਸਾਂਸਦ, ਸਾਬਕਾ ਸਾਂਸਦ ਹੈਗੇ ਆ ਆਪਣੇ ਵਿਜੇ ਸਾਂਪਲਾ ਜੀ, ਉਹਨਾਂ ਨੂੰ ਆਉਂਦੇ ਹੀ ਦੇਖਦੇ ਆ ਸਾਰੀ ਜਿਹੜਾ ਹੈਗਾ ਇਹਨੇ ਆਪਣਾ ਜਿਹੜਾ ਹੈਗਾ ਧਰਨਾ ਧਰਨੇ ਦੇ ਵਿੱਚ ਆਪਣਾ ਜਿਹੜਾ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਵੀਡੀਓ 'ਚ ਦੇਖਿਆ ਗਿਆ ਕਿ ਪੁਲਿਸ ਵੱਲੋਂ ਧੱਕੇ ਨਾਲ ਸਮੈਲਾ ਨੂੰ ਗੱਡੀ 'ਚ ਬਿਠਾਇਆ ਜਾ ਰਿਹਾ, ਫਿਰ ਸਮੈਲਾ ਨੂੰ ਕਿੱਥੇ ਲਿਜਾਇਆ ਗਿਆ ਸੀ? ਇਸ ਮਹਿਲਾ ਨੂੰ ਜਿਹੜਾ ਹੈਗਾ ਬਾਰਾਦਰੀ ਥਾਣੇ ਦੇ ਵਿੱਚ ਲਿਜਾਇਆ ਗਿਆ। ਉਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਕਾਰਨ ਹੈ ਇਸਨੇ ਜਿਹੜਾ ਇਸ ਤਰ੍ਹਾਂ ਹੰਗਾਮਾ ਕੀਤਾ। ਜੀ ਬਹੁਤ ਬਹੁਤ ਧੰਨਵਾਦ ਜੀ ਇਸ ਖਬਰ ਦੀ ਅਪਡੇਟ ਦੇਣ ਲਈ। ਸੋ ਮਹਿਲਾ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਅਸਲ ਸੱਚਾਈ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ, ਪਰ ਮਹਿਲਾ ਦੇ ਇਸ ਹੰਗਾਮੇ ਨੇ ਭਾਜਪਾ ਦੇ ਹੱਥ ਪੈਰ ਫੁਲਾ ਦਿੱਤੇ। ਜਲੰਧਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ, ਚੈਨਲ ਪੰਜਾਬ।